ਇਹਨੂੰ ਧੋਤਾ ਵਾ, ਇਹਨਾਂ ਨੂੰ ਧੋਂਦੇ ਆ, ਗੱਡੀਆਂ ਲੱਗੀਆਂ ਸਰਵਿਸ ਤੇ। ਚੱਲ ਨਾਲੇ ਗੱਡੀਆਂ ਧੁੱਪ ਗਈਆਂ, ਹਾਂ ਉਹਨੂੰ ਪਾਣੀ ਜੋ ਦਿਖਣ ਡਿਆ ਵਾ। ਆਈ ਨੀ ਮੇਰਾ ਪੁੱਤ ਪੁੱਛਣਾ ਡਿਆ ਸਾਕਾ ਨੇ ਪਤੇ ਦੋ ਜਿਹੜੀਆਂ ਰਾਜਵਿੰਦਰ ਦੀਦੀ, ਇਹਨਾਂ ਦੋਵਾਂ ਦੇ ਨੰਬਰ ਪਏ ਆ ਹਜੇ, ਇਹਨਾਂ ਦੇ ਨੰਬਰ ਪਏ ਆ। ਬਾਰੀ ਸਿਰ ਹੀ ਅੰਦਰ ਖੜੇ ਹੋ ਫਿਰ। ਚੱਲ ਤੁਹਾਨੂੰ ਨੀ ਭੁੱਖ ਲੱਗਦੀ ਬਾਬਾ? ਭੁੱਖ ਲੱਗੀ ਨੀ, ਮੈਂ ਸੇਵੀਆਂ ਬਣਾਈਆਂ ਸੀ ਰਾਤੀ। ਮੇਰੀ ਗੱਲ ਸੁਣ, ਆ ਟਰਾਲੀ ਰਹਿ ਗਈ, ਇੱਥੋਂ ਲੈ ਜਿਓ ਆਣ ਕੇ। ਸਸਤਾ ਹੀ ਹੈ, ਦੀਦੀ ਤਾਂ ਤੇਰ ਚ ਵੇਲਾ ਕਿੰਨੀ ਜਾਣ ਦੋ, ਟਰਾਲੀ ਚੁੱਕ ਲਈ ਹਨਾ, ਆਲੂ ਖਾ ਖਾ ਜਾਣ ਆਈ। ਉਦਣ ਕੌਣ ਆਂਦਾ ਸੀ, ਕੋਈ ਗੱਲ ਹੋਈ ਆਲੂਆਂ ਦੀ, ਕਹਿੰਦੇ ਜੱਟਾਂ ਦੇ ਤਾਂ ਬਸ ਆਲੂ ਹੀ ਮਸ਼ਹੂਰ ਹੁੰਦੇ ਆ ਹਨਾ ਦੀਦੀ, ਹਨਾ ਦੀਦੀ ਨਹੀਂ ਕੁਛ ਲੱਭਾ, ਆਲੂ ਕੱਟੋ ਤੇ ਉਹਦੇ ਭੁੰਨ ਲਓ ਹਨਾ। ਮੈਂ ਕਿਹਾ ਸਾਰਿਆਂ ਦੇ ਆਲੂ ਮਸ਼ਹੂਰ ਹੁੰਦਾ, ਨਹੀਂ ਕੁਛ ਲੱਭਾ, ਦੋ ਆਲੂ ਕੱਟੋ ਭੁੰਨ ਲਓ, ਝੱਟ ਬਣ ਜਾਂਦੇ ਆ। ਸਬਜ਼ੀਆਂ ਦਾ ਸ਼ਿੰਗਾਰ ਵਾ ਆਲੂ ਦੀਦੀ, ਉਦਾਂ ਆਲੂ ਜਿਹੜਾ ਹਰ ਇੱਕ ਸਬਜ਼ੀ ਨਾਲ ਵਿਆਹਿਆ ਵਾ। ਮੈਂ ਕੀ ਆਖਣ ਡਈ ਬਲਜੀਤ ਦੀਦੀ, ਮੈਂ ਕਿਹਾ ਆਲੂ ਹਰ ਇੱਕ ਸਬਜ਼ੀ ਨਾਲ ਵਿਆਹਿਆ, ਸਿਰਫ ਉਹਦਾ ਸਾਗ ਨਾਲ ਵਿਆਹ ਨੀ ਹੋਇਆ ਹਨਾ, ਬਾਕੀ ਹਰ ਇੱਕ ਨਾਲ ਉਹਦਾ ਵਿਆਹ ਹੋਇਆ। ਠੀਕ ਆ, ਸਾਰੇ ਗਿਫਟ ਹੀ ਹੋਏ ਆ ਕਿ ਉਹਨੂੰ ਪਤੇ ਨੂੰ ਵਧੀਆ ਵਾ, ਗਿਫਟ ਵੀ ਕਿਸੇ ਕਿਸੇ ਨੂੰ ਮਿਲਦੇ ਆ। ਆ ਜਿਹੜੀ ਟਰਾਲੀ ਏ, ਆ ਵਾਲੀ ਗੱਡੀ ਸਾਰਾ ਕੁਝ ਗਿਫਟ ਹੀ ਆ ਗਿਆ ਫਿਰ। ਇੱਕ ਆਹ ਵਾ, ਇੱਕ ਆਹ ਤੂੰ ਪਿਆ ਪਿਆ ਆ, ਤੇ ਨਿੱਕੀਆਂ ਤੇ ਗੱਡੀਆਂ ਧੋਲੀਆਂ ਵਾ ਰਾਜਵਿੰਦਰ ਦੀਦੀ, ਆ ਵੱਡੀ ਹੈ ਵੱਡੀ।
ਵੱਡੀ ਗੱਡੀ ਵੇ ਪਾਪੇ ਦੀ ਪਤੇ ਦੀ ਨਹੀਂ ਵਿਉਣ ਲੱਗਦੀ ਹੈ ਫਤਿਹ ਮਜ਼ਾ ਆਉਂਦਿਆ ਵਾ ਫਤਿਹ ਵੀਰੇ ਫਤਿਹ ਵੀਰ ਹੀ ਫੇਰ ਫਤਿਹ ਮੇਰੇ ਆਪਣੇ ਫਤਿਹ ਦੇ ਕਰਕੇ ਫਤਿਹ ਵੀਰ ਇਹਦਾ ਟਰੈਕਟਰ ਕਿੱਥੇ ਆ ਬੈਟਰੀ ਦਾ ਸਾਰੇ ਜਣੇ ਆ ਕਮੈਂਟਾਂ ਚ ਦੱਸਿਓ ਵੀ ਇੱਦਾਂ ਖਡਾਉਣਿਆਂ ਦੀ ਕਿੰਨੇ ਸਰਵਿਸ ਕੀਤੀ ਆ ਕਿੰਨੇ ਕਿੰਨੇ ਚਲੋ ਹੁਣ ਫਤਿਹ ਦੀ ਸਰਵਿਸ ਨਾਲ ਹੀ ਫਤਿਹ ਦੀ ਹੋ ਗਈ ਆ ਕਿ ਲਓ ਜੀ ਫਤਿਹ ਦੇ ਧੋਣ ਦਿਆ ਆਪਣੀਆਂ ਗੱਡੀਆਂ ਅੱਜ ਇੱਕ ਧੋ ਕੇ ਅਸੀਂ ਰੱਖਤੀ ਹੁਣ ਦੂਜੀ ਅਸੀਂ ਧੋਂਦੇ ਹਾਂ ਫਤਿਹ ਬੁਰਸ਼ ਮਾਰ ਦਿਆ ਮੈਂ ਪਾਣੀ ਪਾਉਣ ਦੀ ਹਾਂ ਹੈ ਫਤਿਹ ਆਪਾਂ ਦੋਵੇਂ ਜਣੇ ਗੱਡੀਆਂ ਧੋਂਦੇ ਅੱਜ ਫਤਿਹ ਦੀਆਂ ਗੱਡੀਆਂ ਬਹੁਤ ਗੰਦੀਆਂ ਹੋਈਆਂ ਸੀ ਅਤੇ ਅਸੀਂ ਕਿਹਾ ਧੋ ਧੋ ਕੇ ਤਾਂ ਰੱਖ ਦਈਏ ਫਤਿਹ ਬਹੁਤ ਗੰਦੀਆਂ ਕਰਦਾ ਚੀਜ਼ਾਂ ਦੂਜੀ ਤਰ੍ਹਾਂ ਘੁਮਾ ਬੁਰਸ਼ ਮਾਰੋ ਸੀਟ ਦੇ ਉੱਤੇ ਵੀ ਬੁਰਸ਼ ਮਾਰੋ ਸੀਟ 'ਤੇ ਵੀ ਨਹੀਂ ਥੱਲੇ ਨਹੀਂ ਮਾਰਨਾ ਇੱਥੇ ਮਾਰ ਸੈਂਕਲੀ 'ਤੇ ਮਾਰ ਆਪਣੀ ਗੱਡੀ 'ਤੇ ਇੱਕ ਅਸੀਂ ਆਹ ਖਿਲਾਰੀਏ ਵੀ ਧੋਣੀ ਆ ਇੱਕ ਅਸੀਂ ਧੋ ਲਈ ਆ ਇੱਧਰ ਅਸੀਂ ਸੁੱਕਣੇ ਪਾ ਦਿੱਤੀ ਵਿਚਾਰੀ ਮੂਧੀ ਪਾਣੀ ਨਿਚੜ ਜੂਗਾ ਅਸੀਂ ਕਿਆ ਇੱਧਰ ਅਸੀਂ ਧੋਂਦੇ ਦੂਜੀਆਂ ਗੱਡੀਆਂ ਲੜਾਈ ਕਰੀ ਜਾਂਦਾ ਮੰਮਾ ਦੇ ਨਾਲ ਇਹਨੇ ਕਿਤੇ ਮੇਰੀ ਆਹ ਗੱਲ ਪਹਿਲਾਂ ਤੋੜ ਕੇ ਖਾਧੀ ਆ ਹੁਣ ਕਾਂਟੇ ਦੇ ਦੁਆਲੇ ਹੋਇਆ ਏਦਾਂ ਹੀ ਮੇਰੇ ਦੁਆਲੇ ਹੋ ਜਾਂਦਾ ਜਦੋਂ ਕਿਤੇ ਪਤਾ ਨੀ ਆਹ ਜਿੱਦਾਂ ਭੂੰਡ ਨੀ ਜਾਂਦੀ ਚੰਪੜ ਜਾਂਦੇ ਏਦਾਂ ਕਰਦਾ ਮੈਨੂੰ ਚੂੰਡੀਆਂ ਵੱਡਣ ਨਹੀਂ ਨਹੀਂ ਮਾਂ ਇਹਦੀ ਨੂੰ ਤੇ 4 ਦਿਨ ਨੀ ਹੋਏ ਗੱਡੀਆਂ ਧੋਤੀਆਂ ਨੂੰ ਤੇ ਮੈਨੂੰ ਤਾਂ ਲੱਗਦਾ ਨੀ ਵੀ ਆਹ ਕਿਸੇ ਪੱਖੋਂ ਧੋਤੀਆਂ ਨੇ ਵੀ ਇਹ ਤਾਂ ਸਹੀ ਪੁੱਤ ਨੇ ਖਿਲਾਰਾ ਰੋਜ਼ ਦਾ ਮੈਂ ਇਕੱਠੇ ਕੰਜ ਰਹਿੰਦੀਆਂ ਵੇਖ ਖਲਾਰਨ ਚ ਰਹਿੰਦਾ ਪਰ ਮੈਰੀਆਂ ਇੱਕ ਟਰਾਲੀ ਇੱਕ ਮੈਰੀ ਰੇੜੀ ਜੀ ਉਹ ਮੈਂ ਸਟੋਰ ਚ ਵਾੜ ਦਿੱਤੀ ਆ ਕੱਲ ਅਸੀਂ ਇਕੱਲੇ ਹੀ ਦੋਵੇਂ ਜਾਣੇ ਅਸਲ ਦੇ ਵਿੱਚ ਅਸੀਂ ਜੋ ਦੀਦੀ ਨੂੰ ਮੁਸ਼ਕਿਲ ਲੱਗੇ ਪੈਪ ਛੱਡ ਕੇ ਅਸੀਂ ਵਿਹੜਾ ਵੀ ਸਾਰੇ ਨਹੀਂ ਇੱਕ ਗੱਲ ਹੈਗੀ ਆ ਹੁਣ ਤੁਸੀਂ ਭੂਆ ਵਾ ਤੇ ਫੁੱਫੜ ਹੀ ਹੋਊਗੀ ਫੁੱਫੜ ਕਹੋ ਮੈਂ ਫੁੱਫੜ ਨੀ ਬਣਨਾ
ਫੁੱਫੜ ਕੋ ਮੈਂ ਭਾਜੀ ਬਣਨਾ ਵਾ, ਮੈਂ ਫੁੱਫੜੀ ਬਣਾਉਣਾ ਵਾ, ਆਂਦਾ ਮੈਂ ਵੇਚ ਨਹੀਂ ਆਉਣਾ ਬਲੌਗ ਤੇ ਮੈਂ ਫੁੱਫੜ ਕਹਣਾ, ਜੇ ਮੈਂ ਫੁੱਫੜ ਕਹਣਾ ਮੈਂ ਨਹੀਂ ਆਉਣਾ ਓਏ ਓਏ ਫੁੱਫੜ ਲੈ ਲੈਨੇ ਆ ਇਤਨੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਉਹ ਕਹਿੰਦੇ ਤੇ ਮੈਂ ਤੇ ਫੁੱਫੜੀ ਆ ਆ ਫੁੱਫੜੀ ਆਪਣੇ ਉਹ ਆਂਦਾ ਕਾ ਗੁੱਡਾ ਨਹੀਂ ਚਲੋ ਮੈਂ ਜਿੰਦਾ ਮਾਜੀ ਕਸੇ ਤੇ ਆਹੋ ਫੁੱਫੜ ਆ ਇਹ ਆਪਣੇ ਸਾਰਿਆਂ ਦੇ ਜਿੱਦਾਂ ਮੰਮੀ ਆਂਟੀ ਜਗਤ ਬੂਆ ਫੁੱਫੜ ਪਾ ਸਾਰਿਆਂ ਨੇ ਜਗਤ ਕਹਿੰਦੇ ਫੁੱਫੜ ਹੀ ਕਹਿਣਾ ਅੱਜ ਜੋ ਮਰਜ਼ੀ ਹੋ ਜਾਏ ਲਾਓ ਫੁੱਫੜ ਦੇ ਪੈਰੀ ਹੱਥ ਫੁੱਫੜ ਆਵੇ ਕਹੀਦਾ ਕੁੱਕੜ ਬਣਾ ਫੁੱਫੜ ਖਾਵੇ ਕੁੱਕੜ ਆਹੋ ਸਾਰੀ ਦੁਨੀਆ ਵੇਖ ਆਪਣੇ ਭੈਣ ਭਰਾ ਜਿੰਨੇ ਵੀ ਆਪਣੇ ਵੇਖਣ ਡੇ ਆ ਮੈਨੂੰ ਫੁੱਫੜ ਨੇ ਕਿਹਾ ਮੇਰੇ ਪੈਰੀ ਹੱਥ ਲਾ ਮੈਂ ਲਾਇਆ ਅਸੀਂ ਪਤਾ ਕਿਉਂ ਲਾਇਆ ਨਾ ਮੈਨੂੰ ਫੁੱਫੜ ਨੇ ਦਬਕਾ ਮਾਰਿਆ ਤੇ ਨਾ ਮੈਂ ਫੁੱਫੜ ਵਿਚਾਰੇ ਕੋ ਜਿੱਦਾਂ ਮਰਜ਼ੀ ਮਾਰ ਲਓ ਪਰ ਸ਼ੇਰਾ ਭਾਜੀ ਕਹਿੰਦਾ ਮੈਂ ਫੁੱਫੜੀ ਗਈ ਭਾਵੇਂ ਕੋਈ ਜਿੱਦਾਂ ਮਰਜ਼ੀ ਆ ਆਹੋ ਏਸੀ ਸਰਵਿਸ ਕਰਾਓ ਭਾਈ ਸਾਹਿਬ ਉੱਠ ਕੇ ਗਰਮੀ ਬੜੀ ਹੋ ਗਈ ਆ ਤੇ ਚਲੋ ਹੁਣ ਇੱਥੇ ਆਪਾਂ ਵਲੌਗ ਦਾ ਐਂਡ ਕਰਦੇ ਆ ਵੀਡੀਓ ਵੱਧ ਤੋਂ ਪਿਆਰ ਦਿਆ ਕਰੋ ਮੇਰੇ ਫੁੱਫੜ ਦਾ ਮੇਰੇ ਨਾਲ ਪਿਆਰ ਜ਼ਿਆਦਾ ਵਾ ਚਾਹ ਨੀ ਮੈਂ ਧੁੱਪੀ ਨੀ ਹੁੰਦੀ ਓਕੇ ਚਲੋ ਬਾਏ ਕਰ ਦੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।